ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। Mr. Singh Productions presents ਬਹੁਤ ਹੀ ਸਤਿਕਾਰਯੋਗ ਖਾਲਸਾ ਜੀ, ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਰੇ ਸੰਤਾਂ ਬਾਰੇ ਜਾਣਦੇ ਹੋ, ਮੈਂ ਤੁਹਾਨੂੰ ਅੱਜ ਇਸ ਤੋਂ ਅੱਗੇ ਲਿਜਾਣਾ ਚਾਹੁੰਦਾ ਹਾਂ ਤਾਂ ਕਿ ਅਸੀਂ ਆਪਣੇ ਨਿਸ਼ਾਨਿਆਂ ਦੇ ਵਿੱਚ ਜਲਦੀ ਸਫਲ ਹੋ ਸਕੀਏ। ਖਾਲਸਾ ਜੀ ਇਹ ਹਿੰਦੁਸਤਾਨ ਦਾ ਚੌਥਾ ਥੰਭ ਮੀਡੀਆ, ਭਾਵੇਂ ਸੰਤਾਂ ਨੂੰ ਸੰਤ ਨਹੀਂ ਲਿਖਦੇ ਪਰ ਵਿਦੇਸ਼ੀ ਅਖਬਾਰ ਸੰਤਾਂ ਦੀ ਲਿਆਕਤ ਦੇਖ ਕੇ ਲਿਖਣ ਲੱਗ ਗਏ ਸੀ ਕਿ ਸੰਤ ਜੀ ਇੱਕ ਵੱਡੇ ਅਖਬਾਰ ਦੇ ਪਹਿਲੇ ਸਫ਼ੇ 'ਤੇ ਪਹਿਲੀ ਸੁਰਖੀ ਲਿਖੀ ਗਈ। ਉਸ ਸਮੇਂ ਦੇ ਵਿੱਚ ਸੰਤ ਜੀ, ਮੈਂ ਤੁਹਾਨੂੰ ਖੁਦਾ ਨਹੀਂ ਕਹਿੰਦਾ, ਮੈਂ ਤੁਹਾਨੂੰ ਖੁਦਾ ਨਹੀਂ ਕਹਿੰਦਾ ਪਰ ਤੁਸੀਂ ਸ਼ਾਨ ਏ ਖੁਦਾ ਹੋ। ਸੰਤ ਜਰਨੈਲ ਸਿੰਘ ਜੀ ਖਾਲਸਾ, ਜਿਹੜਾ ਸਟੈਪ ਮੈਂ ਤੁਹਾਨੂੰ ਅੱਗੇ ਤੋਰਨਾ ਚਾਹੁੰਦਾ ਉਹ ਇਹ ਹੈ, ਇੱਕ ਵਿਦੇਸ਼ੀ ਪੱਤਰਕਾਰ ਨੂੰ ਪੁੱਛਿਆ ਗਿਆ ਕਿ ਸੰਤ ਲੌਂਗੋਵਾਲ ਦੇ ਵਿੱਚ ਟੌੜੇ ਦੇ ਵਿੱਚ ਸਾਰੇ ਰਵਾਇਤੀ ਲੀਡਰਾਂ ਦੇ ਨਾਲੋਂ ਸੰਤਾਂ ਦੇ ਵਿੱਚ ਕੀ ਫਰਕ ਹੈ, ਸੰਤਾਂ ਦਾ ਔਰ ਉਹਨਾਂ ਲੀਡਰਾਂ ਦਾ ਫਰਕ ਕੀ ਹੈ। ਉਸ ਪੱਤਰਕਾਰ ਨੇ ਹੈਰਾਨ ਹੋ ਕੇ ਆਪਣੇ ਆਪ ਨੂੰ ਆਖਿਆ ਕਿ ਫਰਕ ਦੋਨਾਂ ਸੰਤਾਂ 'ਚ, ਦੋਨਾਂ 'ਚ ਫਰਕ ਜ਼ਮੀਨ ਅਸਮਾਨ ਦਾ। ਸੰਤ ਲੌਂਗੋਵਾਲ, ਗੁਰਚਰਨ ਸਿੰਘ ਟੌੜਾ ਇਹ ਚੀਜ਼ਾਂ ਅਤੇ ਘਟਨਾਵਾਂ ਨੂੰ ਜਾਣਦੇ ਨੇ ਪਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਇਹ ਘਟਨਾਵਾਂ ਅਤੇ ਚੀਜ਼ਾਂ ਨੂੰ ਮਹਿਸੂਸ ਕਰਦੇ ਨੇ। ਤੁਸੀਂ ਸੋਚੋ ਕਿ ਟੌੜੇ ਅਤੇ ਲੌਂਗੋਵਾਲ ਨੂੰ ਕੌਮ ਦੀਆਂ ਤਕਲੀਫਾਂ ਦਾ ਪਤਾ ਨਹੀਂ ਸੀ, ਉਹ ਸਾਰਾ ਕੁਝ ਜਾਣਦੇ ਸੀ। ਸਾਰਾ ਕੁਝ ਜਾਣਦੇ ਹੋਏ ਵੀ ਉਹਨਾਂ ਨੇ ਕੌਮ ਨੂੰ ਕਿਸੇ ਪਤਵੱਤਣ 'ਤੇ ਨਹੀਂ ਲਾਇਆ। ਉਹਨਾਂ ਨੇ ਇੰਨਾ ਚਿਰ, ਇੰਨਾ ਸਮਾਂ ਕੌਮ ਨੂੰ ਧੋਖਾ ਦਿੱਤਾ, ਕੌਮ ਦੇ ਦਰਦ ਨੂੰ ਜੇ ਮਹਿਸੂਸ ਕੀਤਾ ਹੈ ਤਾਂ ਸੰਤ ਜਰਨੈਲ ਸਿੰਘ ਖਾਲਸਾ ਨੇ ਕੀਤਾ ਹੈ। ਔਰ ਉਹ ਦਰਦ ਨੂੰ ਮਹਿਸੂਸ ਕਰਕੇ
ਉਹਨਾਂ ਨੇ ਆਪਣੇ ਵਰਗੇ ਨਾਮ ਜਪਣ ਵਾਲੇ ਯੋਧੇ ਜਰਨੈਲ ਸਾਥੀ ਚੁਣੇ। ਆਹੂਜਾ ਸਾਹਿਬ ਦੱਸ ਕੇ ਗਏ ਨੇ ਉਹਨਾਂ ਲੀਡਰਾਂ ਦੀ ਅਤੇ ਸੰਤ ਜਰਨੈਲ ਸਿੰਘ ਦੇ ਕੀ ਫਰਕ ਸੀ। ਭਾਵੇਂ ਉਹਨਾਂ ਨੇ ਦੁਨਿਆਵੀ ਤੌਰ 'ਤੇ ਕੋਈ ਵਿੱਦਿਆ ਬਹੁਤੀ ਵੱਡੀ ਪ੍ਰਾਪਤ ਨਹੀਂ ਕੀਤੀ, ਪਰ ਉਹਨਾਂ ਨੇ ਨਾਮ ਸਿਮਰਨ ਕਰਕੇ ਬਾਣੀ ਪੜ੍ਹ ਕੇ ਉਹ ਤਾਕਤ ਪ੍ਰਾਪਤ ਕਰ ਲਈ ਸੀ ਜਿੱਥੇ ਜਾ ਕੇ ਦੁਨਿਆਵੀ ਵਿੱਦਿਆ ਖਤਮ ਹੋ ਜਾਂਦੀ ਹੈ। ਖਾਲਸਾ ਜੀ ਉਹ ਪਹਿਲਾ ਲੀਡਰ ਹੋਇਆ ਜਿਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਸਿੱਖ ਕੌਮ ਬਿਨਾਂ ਤੇਗ ਚੱਕੀ ਤੋਂ ਬਚ ਨਹੀਂ ਸਕਦੀ ਅਤੇ ਸਿੱਖ ਕੌਮ ਹਿੰਦੁਸਤਾਨ ਦੇ ਵਿੱਚ ਗੁਲਾਮ ਹੈ। ਉਹਨਾਂ ਨੇ ਸਿਰਫ ਇੰਨਾ ਹੀ ਨਹੀਂ ਕਿਹਾ, ਇਸ ਤੋਂ ਵੀ ਉੱਚੀ ਆਵਾਜ਼ ਦੇ ਵਿੱਚ ਆਖਿਆ ਕਿ ਅਸੀਂ ਕੌਮ ਦੀ ਗੁਲਾਮੀ ਦਾ ਜੂੜਾ ਗਲੋਂ ਲਾਉਣਾ ਹੈ। ਇਸੇ ਕਰਕੇ ਉਹਨਾਂ ਨੇ ਬਲਿਊ ਸਟਾਰ ਦਾ ਅਸਾਮਾ ਜੰਗ ਲੜਿਆ ਅਤੇ ਐਵੇਂ ਨਹੀਂ ਖਾਲਿਸਤਾਨ ਕਹਿ ਦਿੱਤਾ, ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਦਾ ਵਿਚਾਰ ਹੈ ਕਿ ਬੁੱਧੀ ਦੇ ਤਲ 'ਤੇ ਕੀਤੀ ਹੋਈ ਗੱਲ ਝੂਠ ਹੋ ਸਕਦੀ ਹੈ, ਪਰ ਆਤਮਾ ਦੇ ਤੌਰ 'ਤੇ ਕੀਤੀ ਹੋਈ ਗੱਲ ਕਦੇ ਗਲਤ ਨਹੀਂ ਹੁੰਦੀ। ਇਸ ਵਾਸਤੇ ਖਾਲਸਾ ਜੀ ਉਹਨਾਂ ਨੇ ਬਹੁਤ ਹੀ ਆਪਣੀ ਦ੍ਰਿਵ ਦ੍ਰਿਸ਼ਟੀ ਤੋਂ ਖਾਲਿਸਤਾਨ ਦਾ ਐਲਾਨ ਕੀਤਾ ਵੀ ਖਾਲਿਸਤਾਨ ਦੀ ਨੀਂਹ ਰੱਖੀ ਗਈ। ਜਦੋਂ ਹਿੰਦੁਸਤਾਨ ਦੀ ਫੌਜ ਹਮਲਾ ਕਰੂਗੀ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਸ ਨੀਂਹ ਦੇ ਉੱਤੇ ਕਿਉਂ ਸਰਦਾਰ ਸਿਮਰਨਜੀਤ ਸਿੰਘ ਮਾਨ ਕੋਸ਼ਿਸ਼ ਕਰਦਾ, ਕਿਉਂਕਿ ਖਾਲਸਾ ਦੀ ਜਿਹੜੀ ਬਿਸਮਾਦੀ ਅੱਖ ਸੀ ਉਹਨਾਂ ਨੇ ਸਾਰੇ ਲੀਡਰਾਂ ਦੇ ਵਿੱਚੋਂ ਸਿਰਫ ਅਤੇ ਸਿਰਫ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਰਖ ਕੀਤੀ ਅਤੇ ਉਹਨਾਂ ਨੂੰ ਚੁਣਿਆ ਅਤੇ ਕਹਿੰਦੇ ਸੀ ਉਹ ਕਿ ਭਾਵਨਾ ਠੀਕ ਚਾਹੀਦੀ ਆ ਖਾਲਸਾ ਜੀ, ਤੁਸੀਂ ਵੀ ਮਹਿਸੂਸ ਕਰ ਲਓ ਦਰਦ ਅਤੇ ਅੱਗੇ ਕਦਮ ਪੁੱਟ ਲਓ, ਜਾਣਕਾਰੀ ਤੋਂ ਅੱਗੇ ਵੱਧ ਜਾਓ ਅਤੇ ਆਪਣੇ ਮਸਲੇ ਹੱਲ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।